ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲਾ ਜਗਤ ਨਾਰਾਇਣ ਦੀਆਂ ਕੁਝ ਲਿਖਤਾਂ ਤੇ ਕੁਝ ਗੁੰਮਰਾਹ ਕਰਨ ਦੇ ਪ੍ਰਚਾਰ ਕਰਨ ਪੰਜਾਬ ਦੇ ਹਾਲਾਤ ਕਾਫੀ ਤਣਾਅਪੂਰਨ ਹੋ ਚੁੱਕੇ ਸਨ ਪਰ ਇੱਕ ਸਾਜ਼ਿਸ਼ ਦੀਨ ਇਹਨਾਂ ਹਾਲਾਤਾਂ ਲਈ ਲਾਲਾ ਸਿੱਧੇ ਅਤੇ ਅਸਿੱਧੇ ਢੰਗ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਯਤਨ ਕਰ ਰਿਹਾ ਸੀ ਸੰਤ ਬਾਬਾ ਜਰਨੈਲ ਸਿੰਘ ਲਾਲੇ ਦੀਆਂ ਇਹਨਾਂ ਸਾਜ਼ਿਸ਼ਾਂ ਤੇ ਤਿੱਖੀ ਨਜ਼ਰ ਰੱਖੀ ਹੋਈ ਸੀ ਅਤੇ ਸੰਤ ਜੀ ਕਈ ਵਾਰੀ ਉਸ ਨੂੰ ਚੇਤਾਵਨੀ ਵੀ ਦੇ ਚੁੱਕੇ ਸਨ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਜਾਵੇ ਪਰ ਲਾਲੇ ਨੇ ਸੰਤਾਂ ਨੂੰ ਆਪਣਾ ਨਿੱਜੀ ਦੁਸ਼ਮਣ ਸਮਝਦੇ ਹੋਏ ਉਹਨਾਂ ਵਿਰੁੱਧ ਤਿੱਖੀ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਉਹ ਆਪਣੀਆਂ ਲਿਖਤਾਂ ਵਿੱਚ ਸੰਤਾਂ ਨੂੰ ਇੱਕ ਹਥਿਆਰਬੰਦ ਗਰੁੱਪ ਦਾ ਮੁਖੀ ਦਰਸਾਉਣ ਲੱਗ ਪਿਆ ਜਿਸ ਦਾ ਮਨੋਰਥ ਸਿਰਫ ਕਤਲ ਕਰਨ, ਡਾਕੇ ਮਾਰਨੇ ਜਾਂ ਲੋਕਾਂ ਨੂੰ ਲੁੱਟਣਾ ਸੀ। ਸਿੱਖ ਸੰਗਤਾਂ ਨੂੰ ਦਮਦਮੇ ਟਕਸਾਲ ਦੇ ਮੁਖੀ ਵਿਰੁੱਧ ਅਜਿਹੇ ਭੰਡੀ ਪ੍ਰਚਾਰ ਰੜਕਣ ਲੱਗ ਪਿਆ। લાલે ਨੇ ਕੇਵਲ ਸੰਤਾਂ ਪ੍ਰੁਰਧ ਹੀ ਨਹੀਂ બલ્કે ਸਿੱਖੀ સિਧਾਂਤਾਂ ਪਰੁਰਧ ਵੀ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਪ੍ਰਦਰਸ਼ਿਤ ਕਰਨਾ ਸਿੱਖ ਨੌਜਵਾਨਾਂ ਲਈ ਬੜਾ ਔਖਾ ਹੋ ਗਿਆ ਇਸੇ ਕਾਰਨ ਕੁਝ ਸਿੱਖ ਨੌਜਵਾਨਾਂ ਨੇ ਇਸ ਕੂੜ ਪ੍ਰਚਾਰ ਵਿਰੁੱਧ ਇਸ ਤੇ ਅੰਮ੍ਰਿਤਸਰ ਤੋਂ ਛੱਪੇ ਅਖਬਾਰ ਦੇ પ્રતિનિધિ શ્રી રામਕ੍ਰਿਸ਼ਨ ਸੋਨੀ ਦਾ ਵੀ ਘਰਾਓ ਕਰਕੇ ਉਸ ਨੂੰ ਅਜਿਹਾ ਪ੍ਰਚਾਰ ਰੋਕਣ ਦੀ ચેતવણી ਦੇ ਚੁੱਕੇ ਸਨ ਪਰ ਲਾਲੇ ਨੇ ਇਹਨਾਂ ਗੱਲਾਂ ਦੀ ਪਰਵਾਹ ਨਾ ਕੀਤੀ ਅਤੇ ਕੂੜ ਪ੍ਰਚਾਰ ਜਾਰੀ ਰੱਖਿਆ ਅਜਿਹੇ ਹਾਲਾਤਾਂ ਵਿੱਚ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਜਦੋਂ ਪਟਿਆਲੇ ਤੋਂ ਅੱਖਾਂ ਦੇ ਕੈਂਪ ਦਾ ਉਦਘਾਟਨ ਕਰਕੇ ਵਾਪਸ ਭਰਤ ਰਿਹਾ ਸੀ ਕਲ ਲੁਧਿਆਣੇ ਤੋਂ ਥੋੜਾ ਅੱਗੇ ਜਲੰਧਰ ਵਾਲੇ ਪਾਸੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਕਤਲ ਕਰ ਦਿੱਤਾ ਲਾਲਾ ਜਗਤ ਨਾਰਾਇਣ ਦੇ ਕਤਲ ਨਾਲ ਪੰਜਾਬ ਭਰ ਵਿੱਚ ਹਫੜਾ ਦਫੜੀ ਮਚ ਗਈ ਇਹ ਕਤਲ ਲਗਭਗ 6:30 ਵਜੇ ਸ਼ਾਮ ਨੂੰ ਹੋਇਆ ਤੇ ਸ਼ਾਮ ਨੂੰ 8 ਵਜੇ ਖਬਰ ਆ ਗਈ ਕਿ ਲਾਲਾ ਜਗਤ ਨਾਰਾਇਣ ਦਾ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਰਾਤ 10 ਵਜੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਤ ਸਿੰਘ ਨੇ ਬਿਆਨ ਦਿੱਤਾ ਕਿ ਲਾਲੇ ਦੇ ਕਤਲ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ ਜਿਨ੍ਹਾਂ ਦਾ ਨਿਰੰਕਾਰੀ ਦੇ ਮੁਖੀ ਦੇ ਕਤਲ ਪਿੱਛੇ ਹੱਥ ਸੀ 12 ਸਤੰਬਰ ਨੂੰ ਪੰਜਾਬ ਦੀਆਂ ਅਖਬਾਰਾਂ ਵਿੱਚ ਪੰਜਾਬ ਸਰਕਾਰ ਦਾ ਬਿਆਨ ਛਪਿਆ ਕਿ ਸੰਤ ਬਾਬਾ ਜਨੈਲ ਸਿੰਘ ਜੀ ਲਾਲੇ ਦੇ ਕਤਲ ਕੇਸ ਵਿੱਚ ਮੁੱਖ ਸਾਜ਼ਿਸ਼ਕਰ ਨੇ ਇਸ ਲਈ ਉਹਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇਗੇ ਅਤੇ ਲੁਧਿਆਣੇ ਦੇ ਸੀਨੀਅਰ ਕਪਤਾਨ ਡੀਆਰ ਭੱਟੀ ਨੇ ਬਿਆਨ ਜਾਰੀ ਕੀਤਾ ਕਿ ਸੰਤ ਬਾਬਾ ਜਰਨੈਲ ਸਿੰਘ ਦੇ ਇਸ ਕਤਲ ਨਾਲ ਸੰਬੰਧ ਹੋਣ ਦੇ ਕਾਫੀ ਸਬੂਤ ਮਿਲੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਲਾਲੇ ਨੂੰ ਸੰਤ ਬਾਬਾ ਜਰਨੈਲ ਸਿੰਘ ਨੇ 26 ਜੁਲਾਈ ਦੇ ਇੱਕ ਭਾਸ਼ਣ ਵਿੱਚ ਚੇਤਾਵਨੀ ਦੇ ਕੇ ਕਿਹਾ ਸੀ ਜੋ ਸਿੱਖੀ ਵਿਰੁੱਧ ਲਿਖਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ ਉਸਨੇ ਇਹ ਵੀ ਕਿਹਾ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਹੀ 2-3 ਵਾਰ ਲਾ ਲਿਓ ਪਰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਫੜੇ ਗਏ ਦੋਸ਼ੀ ਨਛੱਤਰ ਸਿੰਘ ਸੰਤ ਬਾਬਾ ਜਰਨੈਲ ਸਿੰਘ ਦੇ ਪਿੰਡ ਰੂੜ ਦੇ ਨਾਲ ਸਬੰਧ ਰੱਖਦਾ ਅਤੇ ਦੂਜੇ ਦੋ ਵਿਅਕਤੀ ਜਿਨ੍ਹਾਂ ਵਿੱਚ ਸਵਰਨ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਾਕਾ ਭਤੀਜਾ ਅਤੇ ਤੀਸਰਾ ਦਲਬੀਰ ਸਿੰਘ ਉਹਨਾਂ ਦਾ ਖਾਸ ਵਿਅਕਤੀ ਏ ਪਰ ਅਸਲ ਵਿੱਚ ਕਤਲ ਵਾਲੇ ਦਿਨ 9 ਸਤੰਬਰ 1981 ਨੂੰ ਸਵੇਰੇ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਅੰਮ੍ਰਿਤਸਰ ਵਿਖੇ ਦਰਬਾਰ ਸਹਿਬ ਮੱਥਾ ਟੇਕਣ ਗਏ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਗੁਰਦੇਵਾਲ ਸਿੰਘ ਜਨੋਹਾ ਨੂੰ ਮਿਲਣ ਲਈ ਉਹਨਾਂ ਦੀ ਰਿਹੈਸ਼ ਟੇਗੇ ਉੱਥੇ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦੱਸਿਆ ਕਿ ਉਹ ਕੁਝ ਸਮੇਂ ਲਈ ਪੰਜਾਬ ਤੋਂ ਬਾਹਰ ਧਰਮ ਪ੍ਰਚਾਰ ਲਈ ਜਾ ਰਹੇ ਨੇ ਅੱਜ ਹੀ ਸਿਰਸੇ ਦੇ ਨੇੜੇ ਚੰਦੋਕਲਾ ਵਿਖੇ ਜਾਣਗੇ ਉੱਥੋਂ ਹੀ ਗੁਰਦੁਆਰਾ ਬੰਦੀ ਛੋੜ ਗਵਾਲੀ ਅਤੇ ਮੁੰਬਈ, ਕਲਕੱਤੇ, ਭਲਾਈ ਨਗਰ, ਮਨਵਾੜਾ, 나ਸਕ ਆਦਿ ਸ਼ਹਿਰਾਂ ਤੋਂ ਹੁੰਦੇ ਹੋਏ ਜਥੇ ਸਮੇਤ ਸ਼ਿਰਹ ਹਜੂਰ ਸਾਹਿਬ ਜਾਣ ਦਾ ਪ੍ਰੋਗਰਾਮ ਹੈ ਉਹਨਾਂ ਨੇ ਜਥੇਦਾਰ ਜਨੂਹਾ ਪਾਸ ਇਹ ਵੀ ਆਸ ਪ੍ਰਗਟ ਕੀਤੀ ਕਿ ਸ਼ਾਇਦ ਦਸੰਬਰ ਦੇ ਵਿੱਚ ਆਦਮਪੁਰ ਨੇੜੇ ਨੰਗਲ ਸਲਾਲਾ ਵਿਖੇ ਪ੍ਰੋਗਰਾਮ ਤੇ ਆਉਣਗੇ ਜਿਸ ਸਬੰਧ ਵਿੱਚ ਆਪ ਜੀ ਨੂੰ ਦੱਸਿਆ ਜਾਵੇਗਾ ਤੁਸੀਂ ਉਸ ਪ੍ਰੋਗਰਾਮ ਤੇ ਜ਼ਰੂਰ ਪਹੁੰਚਣਾ ਉੱਤੇ ਹਰ ਸਾਲ ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦੀ ਜੋੜ ਮਿਲੇ ਨਾਲ ਸੰਬੰਧਿਤ ਇੱਕ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ ਇਸੇ ਤਰ੍ਹਾਂ ਦੇ ਵਿਚਾਰਾਂ ਕਰਕੇ ਉਹ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ 9 ਸਤੰਬਰ ਨੂੰ ਸਿਰਸਾ ਨੇੜੇ ਚੰਦੋਕਲਾ ਵਿਖੇ ਚਲੇ ਗਏ ਜਿਸ ਤੋਂ ਸਾਫ ਪਤਾ ਲੱਗਦਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਲਾਲੇ ਦੇ ਕਤਲ ਸਬੰਧ ਵਿੱਚ ਬੇਖਬਰ ਸਨ ਇਸੇ ਤਰ੍ਹਾਂ ਦੇ ਮਿੱਥੇ ਸਮੇਂ ਅਨੁਸਾਰ ਉਹਨਾਂ ਨੇ ਧਰਮ ਪ੍ਰਚਾਰ ਪ੍ਰੋਗਰਾਮ ਆਰੰਭ ਕੀਤੇ ਉੱਥੇ ਹੀ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਸੀ ਅਤੇ ਸੰਤ ਜੀ ਉਸ ਸਮੇਂ ਤੱਕ ਲਾਲੇ ਦੇ ਕਤਲ ਤੋਂ ਬਿਲਕੁਲ ਬੇਖਬਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ